ਇੱਕ ਤਰਫਾ ਪਿਆਰ ਕਿਉਂ ਨਹੀਂ ਕਾਮਯਾਬ ਹੁੰਦਾ, ਦਿਲ ਤਾਂ ਬਾਅਦ 'ਚ ਟੁੱਟਦੇ ਨੇ, ਪਹਿਲਾਂ ਇਨਸਾਨ ਰੋ ਜਾਂਦਾ। ਕਿਉਂਕਿ ਇਸ ਪਿਆਰ ਵਿੱਚ ਅਸੀਂ ਸਭ ਕੁਝ ਇੱਕ ਤਰਫ ਤੋਂ ਹੀ ਕਰਦੇ ਅਤੇ ਉਸ 'ਤੇ ਇੱਕ ਤਰਫ ਤੋਂ ਹੀ ਮਰਦੇ। ਉਸਦੇ ਚਿਹਰੇ 'ਤੇ ਖੁਸ਼ੀ ਦੇਖਣ ਨੂੰ ਅਸੀਂ ਹੀ ਤਰਸਦੇ, ਪਰ ਸਾਡੀ ਖੁਸ਼ੀ ਉਹ ਸਮਝ ਹੀ ਨਹੀਂ ਪਾਉਂਦੇ ਕਿ ਉਹ ਸਾਡੇ ਲਈ ਕਿੰਨੇ ਖਾਸ ਨੇ। ਅਸੀਂ ਹਮੇਸ਼ਾ ਉਹਨਾਂ ਤੋਂ ਨਹੀਂ, ਹਰ ਕੰਮ ਖੁਦ ਤੋਂ ਸ਼ੁਰੂ ਕਰਦੇ। ਮੈਸੇਜ 'ਚ ਹਾਏ ਤੋਂ ਲੈ ਕੇ ਬਾਏ ਤੱਕ, ਗੁੱਡ ਮਾਰਨਿੰਗ ਤੋਂ ਲੈ ਕੇ ਗੁੱਡ ਨਾਈਟ ਤੱਕ ਸਭ ਕੁਝ ਅਸੀਂ ਹੀ ਤਾਂ ਕਰਦੇ। ਪਰ ਉਸਨੇ ਕਦੇ ਗੌਰ ਹੀ ਨਹੀਂ ਕੀਤਾ ਜਿਹਦੇ ਪਿੱਛੇ ਅਸੀਂ ਆਪਣੇ ਸੁਪਨਿਆਂ ਨੂੰ ਵੀ ਭੁਲਾਤਾ। ਪਰ ਦੁੱਖ ਤਾਂ ਹੋਇਆ ਸਾਨੂੰ ਜਦੋਂ ਸੁਣਿਆ ਕਿ ਉਸਨੂੰ ਮੇਰੇ ਨਾਲ ਨਹੀਂ ਕਿਸੇ ਹੋਰ ਨਾਲ ਪਿਆਰ ਹੈ। ਇਹ ਸੁਣ ਕੇ ਖੁਦ 'ਤੇ ਅਫਸੋਸ ਹੋਇਆ ਕਿ ਜਿਸ ਨੂੰ ਇੰਨਾ ਚਾਹਿਆ ਉਹ ਆਖਿਰ ਮੇਰਾ ਨਹੀਂ ਕਿਸੇ ਹੋਰ ਦੇ ਨਸੀਬ 'ਚ ਆਇਆ। ਉਸ ਵਕਤ ਤੋਂ ਅਸੀਂ ਅੰਧੇਰੇ 'ਚ ਜਾਣ ਲੱਗੇ, ਜ਼ਿੰਦਗੀ ਨੂੰ ਇੱਕ ਬੋਝ ਸਮਝ ਕੇ ਕੱਟਣ ਲੱਗੇ। ਜੀਣਾ ਜਾਂ ਮਰਨਾ ਸਭ ਇੱਕ ਤਰ੍ਹਾਂ ਦਾ ਲੱਗ ਰਿਹਾ। ਇਸ ਲਈ ਰੋਹਿਤ, ਇੱਕ ਤਰਫਾ ਮੁਹੱਬਤ ਕਾਮਯਾਬ ਨਹੀਂ ਹੋ ਪਾ ਰਿਹਾ, ਕਿਉਂਕਿ ਇਹ ਜੱਗ ਉਸਦੀ ਅਹਿਮੀਅਤ ਸਮਝ ਹੀ ਨਹੀਂ ਪਾ ਰਿਹਾ, ਕਿਉਂਕਿ ਇਹ ਜੱਗ ਉਸਦੀ ਅਹਿਮੀਅਤ ਸਮਝ ਹੀ ਨਹੀਂ ਪਾ ਰਿਹਾ।